ਇਹ ਮਾਲਿਕ ਉਲ ਮੁਲਕ ਦਾ ਇਹਸਾਨ ਹੈ ਕਿ ਅਸੀਂ ਜੁਮੇ ਦੇ ਖੁਤਬੇ ਦੇ ਅੰਦਰ ਅੱਲਾ ਦੀ ਮਿਹਰਬਾਨੀ ਨਾਲ ਇਲਮ ਸਿੱਖਣ ਵਾਸਤੇ ਸਿਖਾਉਣ ਵਾਸਤੇ ਇਕੱਠੇ ਹੁੰਦੇ ਹਾਂ ਔਰ ਇਹ ਲੋਕ ਬੜੀਆਂ ਅਜ਼ਮਤਾਂ ਔਰ ਸ਼ਾਨਾਂ ਵਾਲੇ ਜਿਸ ਤਰ੍ਹਾਂ ਕਿ ਗੁਜ਼ਸ਼ਤਾ ਜੁਮੇ ਅੰਦਰ ਦੁਨੀਆ ਕੀ ਹਕੀਕਤ ਇਸ ਉਨਵਾਨ ਤੇ ਸਭ ਤੋਂ ਪਹਿਲੀ ਮੈਂ ਹਦੀਸ ਖੁਤਬਾ ਸ਼ੁਰੂ ਕਰਨ ਦੇ ਨਾਲ ਹੀ ਪੜ੍ਹੀ ਕਿ ਜਨਾਬ ਅੱਲਾਹ ਤਬਾਰਕ ਵ ਤਾਲਾ ਨੇ ਐਸਾ ਪਿਆਰਾ ਨਿਜ਼ਾਮ ਬਣਾਇਆ ਆਖਰਤ ਦਾ ਅਸਲ ਹਕੀਕਤ ਉਹੋ ਹੀ ਨਿਜ਼ਾਮ ਹੈ ਵਨਾ ਦੁਨੀਆ ਦੀ ਹਸੀਅਤ ਹੀ ਕੋਈ ਨਹੀਂ ਅੱਲਾਹ ਦੇ ਨਜ਼ਦੀਕ ਇਨਤ ਦੁਨੀਆ ਮਲਊਨਾ ਫਰਮਾਇਆ ਸੀ ਅੱਲਾਹ ਦੇ ਪਿਆਰੇ ਨਬੀ ਨੇ ਕਿਉਂ ਜੀ ਉਸ ਹਦੀਸ ਅੰਦਰ ਦੁਨੀਆ ਮਲਊਨ ਹੈ ਵਾ ਮਲਊਨ ਮਾ ਫੀਹਾ ਜੋ ਕੁਝ ਦੇ ਅੰਦਰ ਮਲਊਨ ਹੈ ਉਹ ਵੀ ਮਲਊਨ ਇਲਾ ਜ਼ਿਕਰੁਲਲਾਹ ਮਗਰ ਅੱਲਾਹ ਦਾ ਜ਼ਿਕਰ ਅੱਲਾਹ ਦੀ ਯਾਦ ਔਰ ਉਹ ਚੀਜ਼ਾਂ ਜਿਹੜੀਆਂ ਅੱਲਾਹ ਨੂੰ ਪਿਆਰੀਆਂ ਲੱਗਦੀਆਂ ਨੇ ਉਹ ਅਮਲ ਜਿਹੜੇ ਅੱਲਾਹ ਦੇ ਪਸੰਦੀਦਾ ਨੇ ਨਾਲ ਵਜ਼ਾਹਤ ਨਾਲ ਫਰਮਾਇਆ ਆਲਿਮੁਨ ਔ ਮੁਤਅੱਲਿਮੁਨ ਇਲਮ ਵਾਲਾ ਔਰ ਇਲਮ ਸਿੱਖਣ ਵਾਲਾ ਸੁਭਾਨ ਅੱਲਾਹ ਆਲਿਮ ਆਦਮੀ ਔਰ ਇਲਮ ਦੀ ਤਲਾਸ਼ ਜਿਹੜਾ ਰਹਿੰਦਾ ਇਲਮ ਸਿੱਖਦਾ ਉਹ ਇਸ ਬਾਤ ਤੋਂ ਬਰੀ ਨੇ ਉਹ ਲਾਨਤ ਤੋਂ ਬਚੇ ਨੇ ਵਰਨਾ ਦੁਨੀਆ ਦੀ ਹਰ ਚੀਜ਼ ਲਾਨਤੀ ਕੋਈ ਇਹਦਾ ਅੰਦਰ ਕੋਈ ਹਸੀਅਤ ਹੀ ਕੋਈ ਨਹੀਂ ਵੇਖੋ ਅੱਲਾਹ ਦੀ ਇਬਾਦਤ ਕਰਨੇ ਵਾਲਾ ਬੰਦਾ ਉਹ ਰੱਬ ਦਾ ਪਸੰਦੀਦਾ ਹੈ ਕਿਉਂ ਜੀ ਉਹ ਇਸ ਬਾਤ ਤੋਂ ਜਿਹੜਾ ਅੱਲਾਹ ਦੀ ਤੋਹੀਦ ਹੀ ਨਾ ਮੰਨੇ ਨਬੀ ਦੀ ਰਸਾਲਤ ਦੇ ਉੱਤੇ ਚੱਲੇ ਹੀ ਨਾ ਹੈ ਜੀ ਐਵੇਂ ਕਲਮਾ ਸਿਰਫ ਪੜ੍ਹਨ ਦੀ ਹੱਦ ਤੱਕ ਮੁਸਲਮਾਨ ਬਣਿਆ ਰਹੇ ਉਹ ਤੇ ਫਿਰ ਇਸ ਵਈਦ ਤੋਂ ਨਹੀਂ ਬਚ ਸਕਦਾ ਸੁਣਿਆ ਤਵੱਜੋ ਫਰਮਾਨਾ ਜ਼ਰਾ ਇਹ ਦੁਨੀਆ ਕੀ ਹਕੀਕਤ ਪਾਰਟ ਨੰਬਰ 2 ਇਹ ਦੂਸਰਾ ਹਿੱਸਾ ਬਿਆਨ ਹੋ ਰਿਹਾ ਅੱਲਾਹ ਦੀ ਤੋਫੀਕ ਦੇ ਨਾਲ ਵੇਖਣਾ ਮੈਂ ਅਰਜ਼ ਕੀਤਾ ਸੀ ਖੁਤਬੇ ਦੀਆਂ ਆਯਾਤ ਦੀ ਵਜ਼ਾਹਤ ਮੈਂ ਅਗਲੇ ਜੁਮੇ ਅੰਦਰ ਕਰਾਂਗਾ ਫਰਮਾਇਆ ਜੀ ਕਦ ਅਫਲਹ ਮਨ ਤਜ਼ੱਕਾ ਫਰਮਾਇਆ ਕਾਮਯਾਬ ਹੋ ਗਿਆ ਉਹ ਬੰਦਾ ਕਾਮਯਾਬ ਹੋ ਗਿਆ ਜਿਹਨੇ ਤਜ਼ੱਕਾ ਜਿਹਨੇ ਪਾਕੀਜ਼ਗੀ ਅਖਤਿਆਰ ਕੀਤੀ ਫਜ਼ਕਰ ਅਸਮਾ ਰੱਬੀ ਫਸੱਲਾ ਔਰ ਉਹ ਅੱਲਾਹ ਦਾ ਨਾਂ ਲੈਂਦਾ ਰਿਹਾ ਅੱਲਾਹ ਦਾ ਨਾਮ ਯਾਦ ਰੱਖਿਆ ਜਿਹਨੇ ਔਰ ਨਮਾਜ਼ ਪੜ੍ਹਦਾ ਰਿਹਾ ਯਾਨੀ ਨਮਾਜ਼ ਤੋਂ ਬਗੈਰ ਅੱਲਾਹ ਦਾ ਜ਼ਿਕਰ ਨਹੀਂ ਅੱਲਾਹ ਦੀ ਯਾਦ ਨਹੀਂ ਯਾਨੀ ਅੱਲਾਹ ਦਾ ਨਾਂ ਯਾਦ ਰੱਖਿਆ ਉਹ ਕੀ ਹੈ ਫਾ ਤਫਸੀਰੀ ਹੈ ਫਾ ਤਫਸੀਰੀ ਹੈ ਫਸੱਲਾ ਉਹ ਕਿਹੜੀ ਚੀਜ਼ ਹੈ ਅੱਲਾਹ ਦਾ ਨਾਂ ਅੱਲਾਹ ਦੀ ਯਾਦ ਅੱਲਾਹ ਦਾ ਜ਼ਿਕਰ ਉਹ ਨਮਾਜ਼ ਜੇ 21ਵੇਂ ਪਾਰੇ ਦੀ ਪਹਿਲੀ ਹੈ ਤੰਦਰ ਅੱਲਾਹ ਨੇ ਨਮਾਜ਼ ਦਾ ਤਜ਼ਕਰਾ ਫਰਮਾ ਕੇ ਇਹੋ ਹੀ ਤੇ ਇਰਸ਼ਾਦ ਫਰਮਾਏ ਵਲਾ ਜ਼ਿਕਰੁਲਲਾਹਿ ਅਕਬਰ ਅੱਲਾਹ ਦਾ ਜ਼ਿਕਰ ਸਭ ਤੋਂ ਵੱਡਾ ਜ਼ਿਕਰ ਜਿਹੜਾ ਉਹ ਨਮਾਜ਼ ਹੈ ਸਭ ਤੋਂ ਵੱਡਾ ਜ਼ਿਕਰ ਜਿਹੜਾ ਰੱਬ ਦਾ ਕੀ ਹੈ ਨਮਾਜ਼ ਹੁਣ ਇੱਥੇ ਫਰਮਾਇਆ ਵਜ਼ਕਰ ਅਸਮਾ ਰੱਬੀ ਫਸੱਲਾ ਫਰਮਾਇਆ ਅੱਲਾਹ ਦੀ ਯਾਦ ਅੰਦਰ ਰੱਬ ਦਾ ਨਾਮ ਯਾਦ ਰੱਖਿਆ ਅੱਲਾਹ ਦੇ ਨਾਂ ਦਾ ਤਜ਼ਕਰਾ ਜ਼ਿਕਰ ਤੋਂ ਮੁਰਾਦ ਯਾਦ ਹੈ ਅੱਲਾਹ ਦੇ ਨਾਂ ਨੂੰ ਯਾਦ ਰੱਖਿਆ ਉਹ ਕਿਹੜਾ ਹੈ ਅੱਲਾਹ ਦਾ ਨਾਂ ਯਾਦ ਰੱਖਣ ਦਾ ਤਰੀਕਾ ਫਸੱਲਾ ਬਸ ਨਮਾਜ਼ ਪੜ੍ਹਦਾ ਰਿਹਾ ਜੀ ਜੀ ਔਰ ਨਾਲ ਹੀ ਫਰਮਾਇਆ ਹੈ ਬਲ ਤੁਤੀਰੂਨਾ ਅਲ ਹਯਾਤ ਅਦ-ਦੁਨਿਆ ਬਲਕਿ ਤੁਸੀਂ ਲੋਕ ਜਿਹੜੇ ਦੁਨੀਆ ਨੂੰ ਤਰਜੀਹ ਦਿੰਦੇ ਹੋ ਹਾਂਜੀ ਬਲ ਤੁਸਿਰੂਨਾ ਅਲ ਹਯਾਤ ਅਦ-ਦੁਨਿਆ ਵਲ ਆਖਿਰਤ ਖੈਰ ਵਅਬਕਾ ਹਾਲਾਂਕਿ ਹਕੀਕਤ ਅੰਦਰ ਆਖਰਤ ਹੀ ਬਿਹਤਰ ਔਰ ਬਾਕੀ ਰਹਿਣ ਵਾਲੀ ਹੈ
ਸ਼ਖਸੀਅਤ ਹੈ। ਜੀ ਜੀ ਮੇਰੇ ਪਿਆਰੇ ਵੀਰ, ਮੈਂ ਵਜ਼ਾਹਤ ਕਰ ਚੁੱਕਿਆ, ਦੁਨੀਆ ਚੰਗੀ ਤੋਂ ਮੁਰਾਦ ਇਹ ਹੈ ਕਿ ਅੱਲਾ ਕਰੀਮ ਆਪਣੇ ਦਰਵਾਜ਼ੇ ਤੇ ਝੁਕਣੇ ਦੀ ਤੌਫੀਕ ਅਤਾ ਫਰਮਾ ਦੇਵੇ, ਪੰਜ ਵੇਲੇ ਨਮਾਜ਼ ਪੜ੍ਹਨੇ ਦੀ ਤੌਫੀਕ ਅਤਾ ਫਰਮਾ ਦੇਵੇ, ਹਕੂਕ ਅੱਲਾ ਤੇ ਹਕੂਕ ਇਬਾਦ ਦਾ ਖਿਆਲ ਰੱਖਣ ਦੀ ਤੌਫੀਕ ਦੇ ਦੇਵੇ। ਇਹ ਹੈ ਬੰਦੇ ਦੀ ਦੁਨੀਆ ਵੀ ਚੰਗੀ ਤੇ ਆਖਰਤ ਵੀ ਚੰਗੀ, ਇਹ ਦੁਆ ਦਾ ਮਤਲਬ ਹੈ। ਦੁਨੀਆ ਦੀ ਦੌਲਤ ਦੀ ਹਸੀਅਤ ਹੀ ਕੋਈ ਨਹੀਂ, ਅੱਲਾ ਦੇ ਨਜ਼ਦੀਕ ਦੁਨੀਆ ਦਾ ਕੌਡੀ ਮੁੱਲ ਨਹੀਂ, ਕੌਡੀ ਕਦਰ ਨਹੀਂ, ਕੌਡੀ ਹਸੀਅਤ ਨਹੀਂ ਇਹਦੀ। ਅੱਲਾਹੁ ਅਕਬਰ ਅੱਲਾਹ। ਇਸ ਵਾਸਤੇ ਮੈਂ ਅਰਜ਼ ਕਰਨਾ ਚਾਹੁੰਦਾ ਮੇਰੇ ਵੀਰ, ਅੱਲਾਹੁ ਅਕਬਰ, ਇਹ ਦੁਨੀਆ ਦੁਨੀਆ ਤੇ ਆਇਆ ਹੈ ਬੰਦਾ ਆਪਣੀ ਆਖਰਤ ਬਣਾਉਣ ਵਾਸਤੇ, ਐਵੇਂ ਤੇ ਨਹੀਂ। ਅੱਲਾ ਕਰੀਮ ਨੇ ਫਰਮਾਇਆ ਵਲ ਆਖਿਰਤੁ ਖੈਰੁਂ ਵਅਬਕਾ, ਬਿਹਤਰ ਖੈਰ ਮੈਂ ਨਾ ਬਿਹਤਰ ਚੰਗੀ, ਚੰਗੀ ਕਿਹੜੀ ਚੀਜ਼ ਹੈ? ਆਖਰਤ ਚੰਗੀ ਹੈ ਤੇ ਨਾਲ ਬਿਹਤਰ ਵੀ ਹੈ, ਅਬਕਾਰ ਬਾਕੀ ਰਹਿਣ ਵਾਲੀ ਵੀ। ਸੁਬਹਾਨ ਅੱਲਾਹ, ਕਿਆ ਬਾਤ ਹੈ! ਇੱਧਰ ਵੇਖਣਾ ਮੇਰੇ ਔਰ ਤੁਹਾਡੇ ਪਿਆਰੇ ਪੈਗੰਬਰ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਬਹੁਤ ਸਾਰੇ ਮੌਕੇ ਇੰਜ ਦੇ ਆਏ, ਇਹੋ ਜਿਹੇ ਮੌਕੇ ਆਏ ਮੇਰੇ ਨਬੀ ਨੇ ਦੁਨੀਆ ਤੋਂ ਬੇਰਗਬਤੀ ਦਾ ਮੇਰੇ ਨਬੀ ਨੇ ਇਜ਼ਹਾਰ ਫਰਮਾਇਆ, ਆਪ ਨੇ ਅਮਲ ਕਰਕੇ ਵੀ ਵਿਖਾਇਆ। ਸੁਣੋਗੇ ਅੱਗੇ ਅੱਲਾ ਦਾ ਕੁਰਾਨ ਕੀ ਕਹਿੰਦਾ ਹੈ, ਮਨ ਕਾਨ ਯੂਰੀਦੁਲ ਹਯਾਤ ਦੁਨੀਆ ਵਜ਼ੀਨਤਹਾ। ਫਰਮਾਇਆ ਸੂਰਹ ਹੂਦ ਦੀ ਐਤ ਨੰਬਰ 15 ਔਰ 16 ਦੋ ਐਤਾਂ ਸੁਣ ਲਿਆ ਜੇ। ਅੱਲਾ ਕਰੀਮ ਨੇ ਫਰਮਾਇਆ ਜਿਹੜਾ ਬੰਦਾ ਹਾਂਜੀ ਦੁਨੀਆ ਨੂੰ ਚਾਹੁੰਦਾ ਹੈ, ਦੁਨੀਆ ਦੀ ਜ਼ਿੰਦਗੀ ਪਸੰਦ ਕਰਦਾ ਹੈ, ਵਜ਼ੀਨਤਹਾ, ਔਰ ਉਹਦੀ ਜ਼ੇਬੋ ਜ਼ੀਨਤ ਤੇ ਮਰ ਮਿਟਦਾ ਹੈ, ਉਹਦੀ ਜਨਾਬ ਉਹਦੀ ਖੂਬਸੂਰਤੀ ਤੇ ਦੁਨੀਆ ਦੀਆਂ ਰਾਨਾਈਆਂ ਦੇ ਅੰਦਰ ਗੁੰਮ ਹੋ ਜਾਂਦਾ ਹੈ। ਫਰਮਾਇਆ ਅੱਲਾ ਕਰੀਮ ਨੇ ਨੂਵਫੀ ਇਲੈਹਿਮ ਅਅਮਾਲਹੁਮ ਫੀਹਾ। ਅੱਲਾ ਕਹਿੰਦਾ ਅਸੀਂ ਦੇ ਦਿੰਦੇ ਹਾਂ ਪੂਰੇ ਦਾ ਪੂਰਾ ਉਹਦਾ ਬਦਲਾ ਉਹਦੀ ਦੁਨੀਆ ਦੇ ਅੰਦਰ। ਬੰਦਾ ਦੁਨੀਆ ਬਣਾਉਣੀ ਚਾਹੁੰਦਾ ਹੈ ਨਾ, ਅੱਲਾ ਕਹਿੰਦਾ ਉਹਦੀ ਦੁਨੀਆ ਬਣਾ ਦਿੰਦੇ ਹਾਂ, ਜ਼ਰਾ ਬਰਾਬਰ ਕਮੀ ਨਹੀਂ ਕਰਦੇ, ਉਹਨੂੰ ਬੜਾ ਕੁਛ ਦੇ ਦਿੰਦੇ ਹਾਂ, ਉਹਦਾ ਬਦਲਾ ਉਹਦੀ ਦੁਨੀਆ ਦੇ ਅੰਦਰ ਹੀ ਉਹਨੂੰ ਪੂਰੇ ਦਾ ਪੂਰਾ ਮਿਲ ਜਾਂਦਾ ਹੈ। ਨੂਵਫੀ ਇਲੈਹਿਮ, ਅੱਲਾ ਕਹਿੰਦੇ ਨੇ ਪੂਰਾ ਪੂਰਾ ਕਰ ਦਿੰਦੇ ਹਾਂ ਉਹਦੀ ਤਰਫ, ਯਾਨੀ ਉਹਦਾ ਬਦਲਾ ਚੁਕਾ ਦਿੰਦੇ ਹਾਂ। ਚਾਹੁੰਦਾ ਅਗਰ ਦੁਨੀਆ ਦੀ ਜ਼ਿੰਦਗੀ ਅੱਛੀ ਬਣ ਜਾਏ ਔਰ ਦੁਨੀਆ ਦੀ ਜ਼ੇਬੋ ਜ਼ੀਨਤ ਮਿਲ ਜਾਏ, ਦੌਲਤ ਇਕੱਠੀ ਹੋ ਜਾਏ, ਅੱਲਾ ਕਹਿੰਦਾ ਨੂਵਫੀ ਇਲੈਹਿਮ ਅਅਮਾਲਹੁਮ ਫੀਹਾ, ਉਹਨਾਂ ਦੇ ਅਮਲਾਂ ਦਾ ਬਦਲਾ ਪੂਰੇ ਦਾ ਪੂਰਾ ਦੁਨੀਆ ਦੇ ਅੰਦਰ ਹੀ ਦੇ ਦਿੰਦੇ ਹਾਂ। ਨੂਨ ਜਿਹੜੀ ਜਮਾ ਦੀ ਹੈ, ਸਹੀ ਹੈ ਨਾ? ਅੱਲਾ ਕਹਿੰਦਾ ਹਮ ਪੂਰਾ ਪੂਰਾ ਦੇ ਦੇਤੇ ਹੈ, ਇਲੈਹਿਮ ਇਲੈਹਿਮ ਉਨਕੀ ਤਰਫ, ਅਮਲਹੁਮ ਉਨਕੇ ਅਮਲੋਂ ਕਾ ਬਦਲਾ, ਫੀਹਾ ਫੀਹਾ ਦੁਨੀਆ ਮੇਂ کے اندر ٹھیک ہے سمجھ آئی نا اور فرمایا وَقُمْ فِيهَا لَا يُبْخَسُ فرمایا دنیا دے اندر ذرہ برابر بھی کمی نہیں کیتی جاندی اللہ اودے چلا کہندے نے اسی کمی کر دے وَهُمْ فِيهَا لَا يُبْخَسُونَ اسی اودے اندر ذرہ برابر دنیا دین اندر ہے جی ذرہ برابر کمی نہیں جے کر دے پوری دی پوری انہاں نوں مل جاندی اللہ اللہ اکبر اللہ جی جی اوناں علی فرمایا اگلی ایت اندر أولئك الذين ليس لهم في الآخرة إلا النار فرمایا ان واسطے آخرت اندر سوائے اگ دے اور کوئی چیز نہیں
بس جہنم ہی جہنم ہے. او فرمایا اے او لوگ نے جنہاں واسطے لیس لہم فی الاخرہ آخرت اندر لیسا اے نفیدہ اے نہیں نہیں کوئی چیز نہیں آخرت اندر الا النار مگر آگی آگے جہنم دی آگی آگے انہ دے نصیب اندر. نال فرمایا او لوگ جڑے دنیا جان والے نے وحبط ما صنعوا فیہا اور دنیا دے اندر جو کچھ کیتا ہوئے گا انہاں دے سارے دے سارے عمل برباد ہو جانگے سارے ختم ہو جانگے ضائع ہو جانگے. فرمایا وَبَاطِلُ مَا كَانُوا يَعْمَلُونَ انہاں دے سارے عمل باطل ہو جانگے عمل انہاں دے کام نہیں آئے گا. اللہ اکبر اللہ اللہ. اور نال ہی فرمایا سورہ شورا دی آیت نمبر 20 اندر اللہ کریم نے فرمایا من کان یرید حرث الاخرت آخرا فرمایا جڑا بندہ آخرت دی کھیتی چاندہ ہے اپنی آخرت چاندہ ہے اللہ فرما دین نزد لہو فی حرثی اسیو دی آخرت دی کھیتی انہوں ہور بدا دینے ہاں یعنی نیکیاں چھ اضافہ کر دینے ہاں نیکیاں بدا دینے ہاں زخیرہ بن جا دیا نیکیاں انہ دیا جیڑا بندہ آخرت چاندہ ہے کیوں دی آخرت بن جاوے اللہ کہہ رہے ہیں نزد لہو فی حرثی اسی او دی آخرت نو اور زیادہ بدا دینے ہاں ومن کان یرید حرث الدنیا نؤتی فی آ اور جیڑا بندہ دنیا دی کھیتی چاندہ ہے انہوں دنیا دی اندر ہی او دی کھیتی دے دینے آ ودا دینے آ دی دنیا دی کھیتی انہوں عطا کر دینے آ وما لہو فی الاخرت من نصیب اور آخرت اندر دا کوئی حصہ نہیں والد آخرت اندر کوئی حصہ نہیں وہ خالی دا خالی رہ جائے گا. اسے طریقے نال صحیح بخاری شریف دی حدیث ہے 6415 نمبر حدیث سماعت فرما دے جانا میرے اور تواڈے پیارے پیغمبر جناب محمد صلی اللہ علیہ وسلم میرے تیرے پیارے محبوب نبی دے صحابی حضرت سعد بن سعید میرے نبی صلی اللہ علیہ وسلم دے صحابی فرما دینے اللہ دے پیارے پاک پیغمبر جناب محمد کہہ دو زور نال صلی اللہ ہو ماشاءاللہ پیارے نبی دا نام آوے تے کھل کے درود پڑھیا کرو ادھر ویکھنا ذرا میرے پیارے نبی دے صحابی فرما دینے پیارے پاک پیغمبر جناب محمد صلی اللہ علیہ وسلم نے ارشاد فرمایا حضرت فرما دینے موضع صوت فی الجنہ جنت دے اندر ایک کوڑے برابر جگہ کوڑے دی جگہ کوڑا یا نیزہ دوسری دی شاند ہے نیزہ گاز سوا گاز نہیں ہوتا ہے کوڑا جتنا لمبا فرمایا کوڑے برابر یعنی کوڑے دی جگہ یعنی گاز ڈیڑھ گاز سوا گاز جگہ جڑی ہے جنت اندر فرمایا خیر من الدنیا وما فیہا بہتر ہے جو کچھ دنیا دے اندر ہے دنیا اور دنیا دے اندر جو دولتاں نے او دے نالوں بھی قیمتی ہے دنیا دی حقیقت کی رہ گئی سامنے نا دنیا کی حقیقت اللہ اللہ اکبر اے ہو جے بات سنیا کر تاکہ تیری آخرت بنے تینوں فکر لگ جائے
ਐ ਦੁਨੀਆ ਦੇ ਪਿੱਛੇ ਲੱਗਿਆ ਹੋਇਆ ਮਾਰਿਆ 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 ਫਿਰਦਾ ਪਿਆ ਔਰ ਦੁਨੀਆ ਨੂੰ ਸਮੇਟ ਲਵਾਂ ਹਲਾਲ ਹਰਾਮ ਦੀ ਤਮੀਜ਼ ਖਤਮ ਹੋ ਗਈ ਹਰ ਵੇਲੇ ਆਪਣੇ ਭਰਾਵਾਂ ਦਾ ਹੱਕ ਖਾਦਾ ਜਾ ਰਿਹਾ ਹੈ ਜਿਹੜਾ ਜਿਹਦੇ ਕਬਜ਼ੇ ਅੰਦਰ ਜੋ ਆਉਂਦਾ ਹੈ ਉਹ ਹੜੱਪ ਕਰ ਜਾਂਦਾ ਹੈ ਉਹਦੇ ਤੇ ਪੱਕਾ ਹੀ ਹੋ ਜਾਂਦਾ ਹੈ ਉਹਨੂੰ ਪਤਾ ਚੱਲੇ ਦੁਨੀਆ ਵਾਲਿਆਂ ਨੂੰ ਕਿ ਹਕੀਕਤ ਦੁਨੀਆ ਦੀ ਨਹੀਂ ਹਕੀਕਤ ਅਸਲ ਆਖਰਤ ਦੀ ਦੁਨੀਆ ਦੀ ਹਕੀਕਤ ਦੇ ਤੇ ਪੋਲ ਹੀ ਖੁੱਲ ਗਏ ਦੀ ਅਸੀਅਤ ਹੀ ਕੋਈ ਨਹੀਂ ਅੱਲਾਹੁ ਅਕਬਰ ਇਸੇ ਵਾਸਤੇ ਮੇਰੇ ਤੇਰੇ ਪਿਆਰੇ ਪਾਕ ਪੈਗੰਬਰ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਸਾਰੇ ਕਹਿ ਦਿਓ ਸੱਲੱਲਾਹੁ ਅਲੈਹਿ ਵਸੱਲਮ ਮੇਰੇ ਤੇਰੇ ਪਿਆਰੇ ਮਹਿਬੂਬ ਨਬੀ ਨੇ ਇਰਸ਼ਾਦ ਫਰਮਾਇਆ ਲੋਗੋ ਸਹੀ ਮੁਸਲਿਮ ਸ਼ਰੀਫ ਦੀ ਹਦੀਸ ਵੀ ਸੁਣਦਿਆ ਚਲਾ ਜਾਣਾ ਜਨਾਬ 6000 ਮੇਰੇ ਪਿਆਰੇ ਨਬੀ ਨੇ ਫਰਮਾਇਆ 725 ਨੰਬਰ ਹਦੀਸ ਮੁਸਲਿਮ ਦੀਏ ਔਰ ਜਨਾਬ ਮੇਰੇ ਤੇਰੇ ਪਿਆਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦਾ ਇਰਸ਼ਾਦ ਗ੍ਰਾਮੀਏ ਅਨ ਆਇਸ਼ਾ ਰਜ਼ੀਅੱਲਾਹੁ ਤਾਲਾ ਅਨਹਾ ਅਨ ਨਬੀ ਸੱਲੱਲਾਹੁ ਅਲੈਹਿ ਵਸੱਲਮ ਅਮੀ ਆਇਸ਼ਾ ਸਿੱਦੀਕਾ ਤਯਿਬਾ ਤਾਹਿਰਾ ਰਜ਼ੀਅੱਲਾਹੁ ਤਾਲਾ ਅਨਹਾ ਫਰਮਾਦੀਆਂ ਨੇ ਮੇਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਕੋਲੋਂ ਰਵਾਇਤ ਕਰਦੀਆਂ ਨੇ ਅੱਲਾਹ ਦੇ ਪਿਆਰੇ ਨਬੀ ਨੇ ਫਰਮਾਇਆ ਰਕਅਤ ਫਜਰੀ ਮੇਰੇ ਨਬੀ ਨੇ ਫਰਮਾਇਆ ਰਕਅਤ ਫਜਰੀ ਫਰਮਾਇਆ ਖੈਰੁ ਮਿਨ ਦੁਨਿਆ ਵਮਾ ਫੀਹਾ ਸਵੇਰ ਦੀਆਂ ਫਰਜ਼ਾਂ ਤੋਂ ਪਹਿਲੇ ਦੋ ਸੁਨਤਾਂ ਸਿਰਫ ਯਾਨੀ ਦੋ ਰਕਤਾਂ ਖੈਰੁ ਮਿਨ ਦੁਨਿਆ ਵਮਾ ਫੀਹਾ ਦੁਨੀਆ ਔਰ ਦੁਨੀਆ ਦੇ ਅੰਦਰ ਜੋ ਕੁਝ ਇਹਦੇ ਨਾਲੋਂ ਵੀ ਕੀਮਤੀ ਨੇ ਮੁਸਨਦ ਅਹਿਮਦ ਅੰਦਰ 15560 ਨੰਬਰ ਹਦੀਸ ਹੈ ਮੇਰੇ ਪਿਆਰੇ ਨਬੀ ਸੱਲੱਲਾਹੁ ਸੱਲਮ ਦੇ ਸਾਹਬੀ ਫਰਮਾਉਂਦੇ ਨੇ ਸੋਹਣੇ ਨਬੀ ਨੇ ਫਰਮਾਇਆ ਸੁਬੋ ਸ਼ਾਮ ਅੱਲਾ ਦੇ ਰਸਤੇ ਦੇ ਅੰਦਰ ਖਰਚ ਕਰਨਾ ਅੱਲਾ ਦੀ ਰਾਹ ਚ ਨਿਕਲਣਾ ਯਾਨੀ ਜਿਹਾਦ ਵਾਸਤੇ ਨਿਕਲਣਾ ਅੱਲਾ ਦੀ ਰਾਹ ਦੇ ਅੰਦਰ ਨਿਕਲਣਾ ਸੁਬੋ ਸ਼ਾਮ ਤੇਰਾ ਨਿਕਲਣਾ ਫਰਮਾਇਆ ਮੇਰੇ ਪਿਆਰੇ ਨਬੀ ਸੱਲੱਲਾਹੁ ਸੱਲਮ ਨੇ ਅਫਜ਼ਲੂ ਮਿਨ ਦੁਨਿਆ ਵਮਾ ਫੀਹਾ ਅਫਜ਼ਲੇ ਦੁਨੀਆ ਨਾਲੋਂ ਜੋ ਕੁਝ ਦੁਨੀਆ ਦੇ ਅੰਦਰ ਸੁਭਾਨ ਅੱਲਾਹ ਇੱਕ ਸੁਬੋ ਸ਼ਾਮ ਸੁਭਾਨ ਅੱਲਾਹ ਅੱਲਾਹ ਅਕਬਰ ਅੱਲਾ ਅੱਲਾ ਜੀ ਜੀ ਮੇਰੇ ਪਿਆਰੇ ਵੀਰ ਸੋਹਣਿਆ ਗੌਰ ਤੇ ਕਰਦਾ ਚੱਲ ਮੇਰੇ ਔਰ ਤੁਹਾਡੇ ਪਿਆਰੇ ਪੈਗੰਬਰ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਇੱਕ ਹੋਰ ਹਦੀਸ ਸੁਣੋ ਇਤਨਾ ਪਿਆਰਾ ਵਾਕਿਆ ਈਮਾਨ ਤਾਜ਼ਾ ਹੋ ਜਾਣ ਸਹੀ ਮੁਸਲਿਮ ਸ਼ਰੀਫ ਅੰਦਰ ਮੌਜੂਦ ਹੈ ਮੇਰੇ ਪਿਆਰੇ ਨਬੀ ਸੱਲੱਲਾਹੁ ਸੱਲਮ ਦਾ ਫਰਮਾਨ ਜੀ 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 ਮੇਰੇ ਪਿਆਰੇ ਨਬੀ ਦੱਸਿਆ ਮੇਰੇ ਪਿਆਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੇ ਉਮਤੀ ਜਨਾਬ ਤਾਬੀ ਫਰਮਾਉਂਦੇ ਨੇ ਕੈਸ ਬਿਨ ਅਬੂ ਹਾਜ਼ਿਮ ਫਰਮਾਉਂਦੇ ਨੇ ਮੁਸਤੌਰਿਦ ਬਿਨ ਸ਼ੱਦਾਦ ਫਹਿਰੀ ਰਜ਼ੀ ਅੱਲਾਹੁ ਤਾਲਾ ਮੇਰੇ ਨਬੀ ਦੇ ਸਹਾਬੀ ਉਹਨਾਂ ਤੋਂ ਸੁਣਿਆ ਹੈ ਇਹ ਤਾਬੀ ਕਹਿੰਦਾ ਮੈਂ ਸਹਾਬੀ ਤੋਂ ਸੁਣਿਆ ਉਹ ਫਰਮਾ ਰਹੇ ਸਨ ਕਿ ਪਿਆਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਕਿ ਦੁਨੀਆ ਦੀ ਮਿਸਾਲ ਇੰਜੇ ਆਖਰਤ ਦੇ ਸਾਹਮਣੇ ਜਿਵੇਂ ਕੋਈ ਬੰਦਾ ਸਮੁੰਦਰ ਦੇ ਅੰਦਰ ਆਪਨੇ ਫਰਮਾਇਆ ਤੁਹਾਡੇ ਚੋਂ ਕੋਈ ਬੰਦਾ ਸਮੁੰਦਰ ਦੇ ਅੰਦਰ ਆਪਣੀ ਉਂਗਲੀ ਦਾਖਲ ਕਰਕੇ ਨਿਕਾਲੇ ਤੇ ਉਹਦੀ ਉਂਗਲੀ ਸਮੁੰਦਰ ਦਾ ਕਿਤਨਾ ਪਾਣੀ ਆਪਣੇ ਨਾਲ ਲੈ ਕੇ ਆਉਂਦੀ ਹੈ ਕਿਤਨਾ ਪਾਣੀ ਨਾਲ ਲੱਗਦਾ ਬਸ ਸਮੁੰਦਰ ਵਿੱਚ ਉਂਗਲੀ ਦਾਖਲ ਕਰਕੇ ਕੱਢ ਲਵੇ ਦੁਨੀਆ ਇੰਨੀ ਕੇ ਤੇ ਆਖਰਤ ਇੰਨੀ ਜ਼ਿਆਦਾ ਹੈ ਜਿਵੇਂ ਸਮੁੰਦਰ ਹੈ ਇੰਨੀ ਕੁ ਮਿਸਾਲ ਹੈ ਪਿਆਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਔਰ ਬੁਖਾਰੀ ਸ਼ਰੀਫ ਦੀ ਅੱਲਾਹ ਅੱਲਾਹੁ ਅਕਬਰ ਅੱਲਾਹ ਅੱਲਾਹ ਐਸੀਅਤ ਹੈ ਦੁਨੀਆ ਦੀ ਫਿਰ ਮੁਸਲਿਮ ਸ਼ਰੀਫ ਦੀ ਹਦੀਸ ਆ ਗਈ 7418 ਨੰਬਰ ਮੇਰੇ ਤੇਰੇ ਪਿਆਰੇ ਨਬੀ ਦੇ ਸਹਾਬੀ ਜਾਬਿਰ ਬਿਨ ਅਬਦੁੱਲਾ ਰਜ਼ੀ ਅੱਲਾਹੁ ਤਾਲਾ ਅਨਹੁਮਾ ਜਾਬਿਰ ਬਿਨ ਅਬਦੁੱਲਾ ਫਰਮਾਦੇ ਨੇ ਪਿਆਰੇ ਪਾਕ ਪੈਗੰਬਰ ਜਨਾਬ ਮੁਹੰਮਦ
सल्लल्लाहु अलैहि वसल्लम मदीना शहर दे बालाई हिस्से तो बाजार दे अंदर दाखल होए, यानी उतली तरफ आ रहे हैं, उतले पासो ना, मदीना शहर दे नहीं नहीं मदीना शहर दे बलाई हिस्सों, आज कुछ स्पीकर कर रहा सी कोई बस हूँ ठीक है कुछ जी, मदीना शहर दे बलाई हिस्से तो मेरे नबी बाजार दे अंदर दाखल होए ते प्यारे नबी सल्लल्लाह सल्लम दा गुजर, सुनना गल सुनने वाली है, प्यारे नबी सल्लल्लाह सल्लम दा गुजर बकरी दे छोटे छोटे कन्ना वाले मरे हुए बच्चे दे कोलो होया। अल्लाह दे नबी गुजरे ते मरिया मैमना कहंदे ने उन्हूं मैमना है जी, ओ मैमले दे कोलो मेरे नबी छोटे छोटे कन्ना वाले कन छोटे छोटे बिल्कुल भद्दा जिया खूबसूरत भी नहीं कोई किसे किस्म दे ओदे अंदर जाज़बियत भी नहीं है, एवें जनाब भद्दा जिया छोटे छोटे कन्ना वाला बकरी दा बच्चा मरिया होया पिया। अल्लाह दे नबी ओदे कोलों दी गुजरे, आप खड़े हो गए सोने नबी ले उस बकरी दे बच्चे मरे हुए नू कान तो पकड़िया, कान तो फड़िया ते उठाया। अल्लाह दे नबी ने फरमाया कोई बंदा इंज दा है एको जा कोई बंदा तुहाडे चो मौजूद है जेड़ा इनू एक दिरम दे बदले खरीद लवे। एक दिरम सहाबी कहंदे ने या रसूल अल्लाह सल्लल्लाहु अलैहि वसल्लम सोनिया इत जिंदा भी होवे ते असी शौक नाल ना लईए, तो चंगा ही नहीं लगता पसंद ही नहीं सानू, ए ते फिर मरिया होया है इस मुर्दा बकरी दे कोजे जे बच्चे नू छोटे छोटे कन्ना वाले हांजी ओपरा जा लगदा है, क्यों जी एवें भद्दा जा लगदा है, इनू असी लेके की करांगे, असी इत्थे जिंदा लैण वास्ते तैयार नहीं, सोणिया ते मरिया होया इहदा असी की करांगे, इत्थे असी मुफ्त लैण वास्ते तैयार नहीं, क्यों जी बगैर पैसा दे, पैसे नाल किवें लईए, इत्थे मुफ्त लैण वास्ते तैयार नहीं। मेरे प्यारे नबी सल्लल्लाहु अलैहि वसल्लम ने फरमाया, मेरे तेरे प्यारे महबूब पैगंबर फरमा देने, फिर सुन लो फवल्लाहि लद्दुनिया अहवनु अलल्लाहि मिन हाजा अलैकुम। अल्लाह दे नबी ने फरमाया अल्लाह दी कसम अल्लाहु अकबर फवल्लाह बाओ कसमिया है, हाँ जी बस मेरे नबी ने फरमाया अल्लाह दी कसम लद्दुनिया अहवनु अलल्लाहि मिन हाजा अलैकुम। अल्लाह दे नबी फरमाया जिमे तुहानू ए बकरी दा हकीर जिया बच्चा, क्यों जी मरिया होया, जिमे तुहानू ए पसंद नहीं, क्यों जी ए नहीं तुसी लैण वास्ते तैयार, अल्लाह दी कसम अल्लाह सोने नू ए दुनिया इस नालों भी ज्यादा हकीर है, ज्यादा दुनिया रिसवा और जलील है, इस नालों भी नकारा इतनी भी हसीयत नहीं, यानी जितनी इस गंदे मरे हुए यानी बकरी दे हजी भद्दे जे बच्चे दी हसीयत ओदी हसीयत कोई नहीं, तुहाडे अलैकुम दा मना अलैकुम जिवें तुम जैसे तुम्हारे लिए ये बकरी का बच्चा हकीर है, इसी तरीके से अल्लाह की कसम अल्लाह के नजदीक दुनिया इससे भी ज्यादा हकीर और जलील है। दुनिया दी हकीकत कदी सुने होंगे मजमून, मेरा ख्याल शायद अगे मजमून ना सुन सके हो, क्यों जो मैं ते बयान नहीं कर सकया खतीबा च मैं भी शामिल, लेकिन तुहाडे शौक दी वजह तो वल्ला हकीकत बात है कि मैं है जी रातां तुसी हैरान होगे कि शायद कारी साहब अपने कोलो बात करते ने, रात दे 2 बजे मैं 12 बजे जलसे तो आया घर, लेकिन मेरा मुताला रहा सी रात दे 2-2.5 बजे तक मेरा मुताला चलिया,
ਜੀ ਮੈਂ ਕਿਹੜੇ ਟਾਈਮ ਸੁੱਤਾ ਤੇ ਕਿਹੜੇ ਟਾਈਮ ਉੱਠਿਆ ਤੇ ਕਿਹੜੇ ਟਾਈਮ ਸਫ਼ਰ ਕੀਤਾ। ਗੱਲ ਇੱਕ ਮਕਸਦ ਇਹ ਹੈ ਕਿ ਤੁਸਾਂ ਲੋਕਾਂ ਦਾ ਜ਼ੌਕ ਤੁਹਾਡਾ ਸ਼ੌਕ ਇਵੇਂ ਹਮਾ ਤਨ ਕੋਸ਼ ਹੋ ਕੇ ਬੈਠੇ ਹੁੰਦੇ ਅੱਲਾਹ ਨੂੰ ਰਾਜ਼ੀ ਕਰਨ ਵਾਸਤੇ, ਇਲਮ ਪੜ੍ਹਨ ਵਾਸਤੇ, ਔਰ ਅੱਲਾਹ ਦੀ ਕਸਮ ਹੈ ਮੈਨੂੰ ਇਹ ਤੁਹਾਡਾ ਜ਼ੌਕ ਸ਼ੌਕ ਹੀ ਮਜਬੂਰ ਕਰਦਾ ਹੈ ਕਿ ਮੈਂ ਰਾਤਾਂ ਜਾਗਾਂ ਔਰ ਮਿਹਨਤ ਕਰਾਂ ਔਰ ਕੁਛ ਨਾ ਕੁਛ ਤੁਹਾਡੇ ਪੱਲੇ ਪਾ ਕੇ ਜਾਵਾਂ। ਤੁਹਾਨੂੰ ਅੱਠਾਂ ਦਿਨਾਂ ਵਾਸਤੇ ਤੁਹਾਡਾ ਈਮਾਨ ਤਾਜ਼ਾ ਹੋ ਜਾਵੇ, ਔਰ ਜਿਵੇਂ ਕਹਿੰਦੇ ਨੇ ਨਾ ਹਾਂਜੀ ਉਹ ਡੋਜ਼ ਪੂਰੀ ਮਿਲ ਜਾਏ, ਹਾਂਜੀ ਪੈਟਰੋਲ ਪੂਰਾ ਹੋ ਜਾਏ ਤਾਂ ਕਿ ਅੱਠ ਦਿਨ ਗਾੜੀ ਚੱਲਦੀ ਰਹੇ, ਈਮਾਨ ਦੀ ਗੱਡੀ ਅੱਠ ਦਿਨ ਚੱਲਦੀ ਰਹੇ ਅੱਲਾਹ ਦੀ ਮਿਹਰਬਾਨੀ ਦੇ ਨਾਲ। ਤੇ ਜਿਹੜੇ ਅਮਲ ਕਰਦੇ ਨੇ ਤੇ ਇਹੋ ਜਿਹਾ ਇੱਕ ਬਿਆਨ ਸੁਣ ਲੈਣ ਤੇ ਸਾਲਾਂ ਦੇ ਸਾਲ ਪੂਰੀ ਜ਼ਿੰਦਗੀ ਉਹਨਾਂ ਦੀ ਗੱਡੀ ਟਰੈਕ ਤੇ ਚੱਲਦੀ ਰਹਿੰਦੀ ਹੈ, ਕਿਧਰੇ ਪਟੜੀ ਤੋਂ ਉਤਰਦੀ। ਹਾਂ ਜੀ ਮੇਰੇ ਪਿਆਰੇ ਭਾਈ, ਮੇਰੇ ਤੇਰੇ ਪਿਆਰੇ ਪੈਗੰਬਰ ਜਨਾਬੇ ਮੁਹੰਮਦ, ਸਾਰੇ ਕਹਿ ਦੋ ਸੱਲੱਲਾਹੁ ਅਲੈਹਿ ਵਸੱਲਮ, ਇਬਨ ਮਾਜਾ ਦੀ ਹਦੀਸ ਆ ਗਈ ਸਹੀ ਸਨਦ ਦੇ ਨਾਲ, ਅੱਲਾਹ ਅਕਬਰ, ਮੇਰੇ ਨਬੀ ਦਾ ਫਰਮਾਨ ਆ ਗਿਆ 4153 ਨੰਬਰ ਹਦੀਸ, ਮੇਰੇ ਪਿਆਰੇ ਨਬੀ ਦੇ ਸਹਾਬੀ ਹਜ਼ਰਤ ਉਮਰ, ਸਾਰੇ ਕਹੋ ਕਹੋ ਨਾ ਰਜ਼ੀ ਅੱਲਾਹ ਤਾਲਾ, ਹਜ਼ਰਤ ਉਮਰ ਇਬਨ ਖੱਤਾਬ ਰਜ਼ੀ ਅੱਲਾਹ ਤਾਲਾ ਅਨਹੁਮਾ, ਸੈਯਦਨਾ ਉਮਰ ਫਰਮਾਉਂਦੇ ਨੇ ਮੈਂ ਇੱਕ ਵਾਰੀ ਪਿਆਰੇ ਨਬੀ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਖਿਦਮਤ ਅੰਦਰ ਗਿਆ, ਪਿਆਰੇ ਨਬੀ ਦੇ ਕੋਲ ਗਿਆ, ਮੈਂ ਜਾ ਕੇ ਸੋਹਣੇ ਨਬੀ ਦੇ ਕੋਲ ਬੈਠ ਗਿਆ, ਕੋਲ ਬਹਿ ਗਿਆ, ਵੇਖਿਆ ਤੇ ਅੱਲਾਹ ਦੇ ਪਿਆਰੇ ਮਹਿਬੂਬ ਦੇ ਜਿਸਮ ਤੇ ਚਟਾਈ ਦੇ ਨਿਸ਼ਾਨ ਪਏ ਹੋਏ ਨੇ, ਪਿਆਰੇ ਨਬੀ ਦਾ ਤਹਿਮਤ ਦੇ ਇਲਾਵਾ ਹੋਰ ਕੋਈ ਕੱਪੜਾ ਨਹੀਂ, ਯਾਨੀ ਕਮੀਜ਼ ਨਹੀਂ ਪਾਇਆ ਹੋਇਆ ਆਪਣੇ, ਤਹਿਮਤ ਬੰਨਿਆ ਹੋਇਆ, ਲੱਕ ਦਾ ਕੱਪੜਾ ਬੰਨਿਆ ਮੇਰੇ ਨਬੀ ਨੇ, ਤੇ ਕਮੀਜ਼ ਨਹੀਂ ਲਿਆ, ਉੱਤੇ ਚਾਦਰ ਨਹੀਂ ਲਈ ਹੋਈ, ਅੱਲਾਹ ਦੇ ਨਬੀ ਚਟਾਈ ਤੇ ਲੇਟੇ ਹੋਏ, ਪਿਆਰੇ ਨਬੀ ਦੇ ਇਤਨੇ ਗਹਿਰੇ ਨਿਸ਼ਾਨ ਚਟਾਈ ਦੇ, ਹਜ਼ੂਰ ਦੇ ਪਿਆਰੇ ਜੇ ਨਫੀਸ ਤੇ ਬੜੇ ਨਫੀਸ ਤਰੀਨ ਜਿਸਮ ਤੇ, ਬੜੇ ਹੀ ਪਿਆਰੇ ਤੇ ਬੜੇ ਮੁਲਾਇਮ ਜਿਸਮ ਤੇ ਇਵੇਂ ਚਟਾਈ ਖੁੱਬ ਗਈ ਏ, ਚਟਾਈ ਨੇ ਨਿਸ਼ਾਨ ਛੱਡੇ ਹੋਏ ਨੇ। ਹਜ਼ਰਤ ਉਮਰ ਰਜ਼ੀ ਅੱਲਾਹੁ ਤਾਲਾ ਵੇਖਦੇ ਨੇ ਕਿ ਜਨਾਬ ਇਵੇਂ ਜਨਾਬ ਮੇ ਬਕਦਰੇ ਯਾਨੀ ਸਾ ਬਕਦਰੇ ਸਾ ਜੋ ਪਏ ਹੋਏ, ਯਾਨੀ ਇੱਕ ਸਾ ਪੈਮਾਨਾ ਸੀ ਪੈਮਣ ਦਾ, ਉਹਦੇ ਤਕਰੀਬਨ 2.5 ਕਿਲੋ ਪੌਣੇ 3 ਸਿਰ ਦੇ ਕਰੀਬ 2.5 ਕਿਲੋ ਉਹਦੇ ਅੰਦਰ ਜੋ ਆ ਜਾਂਦੇ ਸੀ, ਉਹ ਸਾਹ ਵੀ ਪੂਰਾ ਨਹੀਂ ਸੀ, ਬਕਦਰੇ ਸਾਹ ਯਾਨੀ 2 ਕਿਲੋ ਹੋਣਗੇ, 2.25 ਕਿਲੋ ਹੋਣਗੇ, 1.5-2 ਕਿਲੋ ਹੋਣਗੇ, ਅੰਦਾਜ਼ਾ ਹੀ ਲਾਇਆ ਨਾ ਉਹਨਾਂ ਨੇ ਕਿਹੜਾ ਤੋਲੇ ਸਨ। ਹਜ਼ਰਤ ਉਮਰ ਫਰਮਾਉਂਦੇ ਨੇ ਕਿ ਜਨਾਬ ਬਕਦਰੇ ਸਾਹ ਯਾਨੀ 2 ਕਿਲੋ ਜਾਂ 2.5 ਕਿਲੋ ਜੋ ਪਏ ਹੋਏ ਨੇ, ਤਕਰੀਬਨ ਸਾਹ ਦੇ ਬਕਦਰ ਸਾਹ ਜਿਤਨੇ ਯਾਨੀ ਜੋ ਪਏ ਹੋਏ ਨੇ, ਨਾਲ ਮਕਾਨ ਦੇ ਕੋਨੇ ਦੇ ਅੰਦਰ ਬਬੋਲ ਦੇ ਪੱਤਰ ਪਏ ਹੋਏ ਨੇ, ਬਬੋਲ ਦੇ ਪੱਤਰ ਅੱਗ ਜਾਲਣ ਵਾਸਤੇ, ਇੰਨੇ ਪੱਤਰ 1-2 ਦਿਨਾਂ ਦੇ, ਇਹ ਨਹੀਂ ਕਿ ਮਾਲ ਸਾਰੇ ਦਾ ਸਾਰਾ ਜ਼ਖੀਰਾ ਸਾਲਾਂ ਦਾ ਇਕੱਠਾ, ਨਹੀਂ ਨਹੀਂ, ਅੱਗ ਜਲਾਉਣ ਵਾਸਤੇ ਬਬੋਲ ਦੇ ਪੱਤੇ ਪਏ ਹੋਏ, ਇੱਕ ਪਾਣੀ ਵਾਲਾ ਮਸ਼ਕੀਜ਼ਾ ਦੀਵਾਰ ਨਾਲ ਲਟਕਰਿਆ ਏ, ਇਹ 3 ਚੀਜ਼ਾਂ ਮੇਰੇ ਨਬੀ ਦੇ ਕਮਰੇ ਅੰਦਰ, ਅੱਲਾਹ ਅਕਬਰ, ਹਜ਼ਰਤ ਉਮਰ ਹਾਲਤ ਵੇ ਕਰਕੇ ਹਜ਼ਰਤ ਸੈਯਦਨਾ ਉਮਰ ਰਜ਼ੀ ਅੱਲਾਹ ਤਾਲਾ ਫਬ ਤਦਾਵਤ ਆਈ, ਹਜ਼ਰਤ ਉਮਰ ਦੀਆਂ ਅੱਖਾਂ ਡੁੱਲ ਪਈਆਂ, ਸੈਯਦਨਾ ਉਮਰ ਰੋ ਪਏ, ਮੇਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਹਜ਼ਰਤ ਉਮਰ ਵੱਲ ਵੇਖਿਆ, ਫਰਮਾਇਆ ਮਾ ਯੁਬਕੀ ਕਾ ਯਬਨ ਅਲ ਖਤਾਬ, ਐ ਇਬਨ ਖਤਾਬ, ਖਤਾਬ ਦੇ ਬੇਟੇ ਕਿਉਂ ਰੋ ਰਹੇ ਹੋ, ਮਾ ਯੁਬਕੀ ਕਾ, ਰੋਂਦੇ ਕਿਉਂ ਪਏ ਉਮਰ। ਹਜ਼ਰਤ ਉਮਰ ਕਹਿੰਦੇ ਨੇ ਅੱਲਾ ਦੇ ਪਿਆਰੇ ਨਬੀ ਜੀ ਕਿੱਥੇ, ਹਾਂਜੀ ਕਿੱਥੇ ਤੁਸੀਂ ਤੇ ਕਿੱਥੇ
कैसर ओ किसरा दे बागो बहार तुसी अल्लाह दे नबी हो, हालांकि तुसी दुआ करो अल्लाह दी जमीन सोना उगलन लग जावे, ओ पहाड़ वास्ते दुआ कर दियो ते ओ पहाड़ सोने दा बन जावे। सोनियो किथे तुसी किथे कैसरो किसरा दियां नहरां ते बागात ते महलात, ओ ना बागात ते नहरां दे अंदर महलां दे अंदर आराम कर रहे ने। सोनिया तुहाडा वेखो की हाल है, हालांकि तुसी अल्लाह दे नबी हो। मेरे नबी ने हजरत उमर नू खिताब फरमाया, आपने फरमाया ए इब्ने खताब अला तरवा अन तकून लनल आखिरा वलग दुनिया। उमर क्या तू इस बात ते राजी नहीं है साडे वास्ते आखिरत होवे, उन्हां वास्ते वलाहुम दुनिया उन्हां वास्ते दुनिया होवे। या तेनूं इह गल पसंद नहीं, साडे हिस्से च आखिरत जन्नत दीआं नहरां ने, जन्नत दे महल ने, जन्नत दे बागात ने, आखिरत साडे वास्ते उन्हां काफरां वास्ते मुशरकां वास्ते दुनियादारां वास्ते जनाब ए दुनिया दुनिया उन्हां वास्ते, हां जी दुनिया उन्हां वास्ते, आखरत साडे वास्ते। सोणिया क्या अला तरदा, क्या इस बात ते तू खुश नहीं है? हजरत उमर फरमा दे ने कुल तू बला, बस बस सोनिया गल समझ आ गई, सोनिया बला खां मैं राजी हां। आखरत बनांदे सुनो लोग, आखरत सोनिया इधर एवें ते नहीं पढ़िया वल आखिरतु खैरु व अबका, बेहतर आखरत और बाकी रहने वाली है। सुनना मेरे तेरे प्यारे नबी दी हदीस मुसनद अहमद दी, 18,000 ते 8 नंबर हदीस है, 18,000 इमाम अहमद इब्ने हंबल अल्लाह ओना ने उस दौर अंदर, आज दा दौर नहीं सी कि जहाजा दा इतनी तेज रफ्तार सवारियां दा, उस दौर अंदर पूरे एशिया दा गोया के दुनिया दा 5 बेरी अपनी जिंदगी चक्कर लाया, वास्ते 5 मर्तबा चक्कर लाया। सब तो ज्यादा हदीसा जितने मुहद्दिसीन ने हदीसा दिया किताबा लिखिया ने, सब तो ज्यादा तादाद अंदर इमाम अहमद बिन हंबल दी हदीस दी किताब दे अंदर हदीसा मौजूद है, और लंबिया लंबिया 3-3, 4-4, 5-5, 7-7 सफ़िया दी हदीसा, इतनी इतनी लंबिया अहदीस इमाम अहमद बिन हंबल ने रकम फरमाइया ने। सुबहान अल्लाह, क्या क्या इमाम सन, क्या उन्होंने हदीसा कठिया की दिया, ए हदीस सही जे सनद एतबार नाल अल्लाह अकबर ते जनाब हजरत अनस बिन मालिक रजी अल्लाह तआला ने देरावी ने, जदों मेरे प्यारे नबी दे सहाबा अंसारिया ने मदीना मुनवरा दे अंदर ऊंटा ते पानी लद लद के ढो ढो के अपनी फसलां नू पिलाना शुरू किया, मर के मुश्किल अंदर आ गए, दूरों पानी ऊंटा ते लद करके लियांदे ने, ऊंटा ते उठा करके लियांदे ने, अपनी फसल नू पिलांदे ने, कितना मुश्किल काम है, क्यों जी जमीन नू पानी पिलाना ऊंटा ते लद के औखा काम है। जदों मुश्किल पेश आ गई इन्हां ते शाक गुजरिया ते अंसारी सहाबा कट्ठे होके अल्लाह दे प्यारे नबी दी खिदमत अंदर हाजिर होए कि अल्लाह दे नबी कोलो इजाजत मंगी है, सोने सानू नहर खुटन दी, नहर दी खुदाई दी इजाजत दे दियो, पानी बह के आएगा, नहर दे विच पानी आएगा, साडियां फसलां नू लगेगा, इजाजत लैण वास्ते गए। मेरे नबी ने वेख्या इन्हां दे इतफाक नू वेख्या, इतिहाद नू वेख्या, कट्ठे इतिहाद ग्रुप, इतिहाद ग्रुप नहीं समझदा पिया है जी, इतिहाद च ही बरकत ने, एदे च ही इज्जत ने सारिया है जी, इंतशार दे विच ते फिर अल्लाह दे अजाब ही अजाब ने, मुश्किलात ही मुश्किलात ने। सहाबा दा इतिहाद वेख्या, इकट्ठ वेख्या ना मेरे नबी,
खुश होए वेखदिया ही अजे उन्होंने गल नहीं की वेखदिया ही अल्लाह दे नबी फरमा देने मौहबन बिल अंसार मरहबन बिल अंसार खुशामदीद वेलकम अहलं व सहलं व मरहबा। वाह सोने मेरे प्यारे महबूब कितने अजीम पैगंबर ने सुभान अल्लाह कि अपने साहबियां दा इकट्ठ वेख के इत्तेहाद वेख के मेरे नबी खुशी एडे होए ते आप उन्होंने आन की मुबारकबाद दे रहे ने वेलकम कह रहे ने खुश आमदीद कह रहे ने मरहबा कह रहे ने आया जी आया नू सुभान अल्लाह मेरे नबी खुश होए ते नाल ही मेरे नबी ने फरमाया अल्लाह की तरफों इशारा हो गया ना मेरे नबी अपने को नहीं गल करते आप उदो बोलते ने जो वही आ जाए मेरे नबी उदो तक होंठ खोलते नहीं मेरे नबी उदो तक मोती रोलते ही नहीं जदों तक आसमाना वाले ना राबता ना हो डायरेक्ट उधर वही ना आ जाए वही दियां तीन किस्म पहली किस्म वही दी जिबरील वही लेके आते हैं दूसरी किस्म इलहाम अलका दिल अंदर अल्लाह इलहाम कर देवे दिल अंदर बात डाल देवे तीसरी वही दी किस्म यह है कि नबी नू ख्वाब आवे नबिया दे ख्वाब भी वही दा हिस्सा होया करते ने मेरे नबी सल ए मैं गल दसांगा अगले जुमे अंदर मेराज उन नबी सल्लल्लाहु अलैहि वसल्लम दा ये जुमा आ रहा मेरा अगला उदे अंदर मैं वजाहत नाल दसांगा मैं बहुत सारा मवाद कट्ठा कर छड़े अलहमदुल्ला भी हूँ मेरे 8 दिन जो टाइम लगेगा मैं किताबा बवागा तैयारी करांगा ते उदे च मैं दसांगा कि मेरे नबी नू मेराज जिस्मानी रूह बमाए जिसम दे होया ते या फिर मेराज रूहानी होया यानी ख्वाब की हालत ख्वाब की हालत नहीं क्यों जी मेराज मेरे नबी नू जिस्मानी होया ये तो मेरे नबी का मौजजा है बड़ा बेमिसाल मौजजा है इस मौजजे नू सुन के भी वेख के भी जिन्हों हदायत नहीं मिलनी तो उन्होंने फिर मिलनी भी उन्होंने नहीं मिलनी तो ना मिली है फिर हाँ जी जिन्होंने इस मौजजे का भी इनकार कर दिता बुजाल वर्गिया ने तो फिर उन्होंने हदायत मिली भी हदायत नहीं मिल सकी इसे वास्ते मेरे प्यारे वीर गौर ते फरमांदियां चला जाना मेरे प्यारे पैगंबर जनाबे मुहम्मद सल्लल्लाहु अलैहि वसल्लम फरमा देने मरहबन बिल अंसार मरहबन बिल अंसार आपने दो वरी उन्होंने खुश आमदीद आखे आए ये बाद मेरे नबी फरमा दे والله لا تسألون اليوم شيئا إلا أعطيتكم अल्लाह दे नबी फरमा देने अल्लाह दी कसम इत्थे भी कसम चुकी मंगो अंसारी आज जो कुछ मंगोगे अल यौम आज के दिन जो आज मेरे को सवाल करोगे मैं तुहानू अता करांगा जो मंगोगे देवांगा क्यों अगे मेरे नबी ने जुमले दी वजाहत जो कर छड़ी है आपने फरमाया हाँ जी वला अस्अलुल्लाह लकुम इल्ला अतानी फरमाया आज जो कुछ मैं तुहाडे वास्ते अस्अलुल्लाह लकुम तुहाडे वास्ते जो कुछ अपने रब को मंगांगा अल्लाह मैनू अता फरमाएगा अपने को नहीं अल्लाह दे दिते हुए जो मेरे नबी ने देना है गोया के वही दा इशारा हो गया होएगा मेरे नबी ने फरमाया मंगो जो कुछ मंगना है मैं तुम्हें देंगा इत्थे ही गल बन जाती तभी साडा यकीन सी कि प्यारे नबी वही नाल बोले ने गल समझो तरा तभी साडा यकीन सी लेकिन मुशरकां नू कौन समझांदा मुशरकां दी हदायत वास्ते मेरे नबी ने वजाहत कर छड़ी मैं अल्लाह को जेड़ी चीज का सवाल करांगा जो मैं अल्लाह को तुहाडे वास्ते मंगांगा अल्लाह मैनू देगा अल्लाह मैनू अता करेगा प्यारे नबी ने अगे वजाहत कर दी
کہ اللہ دے دیتے ہو جے میرے نبی نے دینا ہے۔ مشرق اگلا جملہ نہیں پڑھتا، دنیا جہان دا مردود شرک کرنے والا گندا مشرق، وہ کلا ایک جملہ پڑھ کے نہ کہندا ویکھو جی اللہ دے نبی اللہ دے نبی نے آکھا میں بھی میں تانوں جو منگو میں دیاں گا، تے پھر اللہ دے نبی کولو منگنا چاہیے اسی اللہ دے نبی کولو منگنے ہاں کیوں جی؟ ویکھو نا یار کدھر نو گل چلی گئی کہانی، ہے جی گل اپنا عقیدہ پہلے بنا لیا تے دلیلاں بعد وچ کٹھیاں کرنیاں ہیں، او وی تروڑ مروڑ کے تاویلاں کر کے ایک جملہ لے کے اگلا نہیں سمجھانا۔ اللہ معاف فرمائے، اللہ معاف فرمائے، تے لوکاں نو شرک والے پاسے لایا ہویا، آپ تے شرک دے وچ ڈبے پئے نے، لوکاں نو وی شرک دے پاسے لایا ہویا ہے۔ سونیا اللہ اکبر، اللہ اسے واسطے میرے نبی نے فرمایا ہاں جی پیارے او منگو، اج جو منگو گے میں تانوں دیاں گا، اللہ کولوں جڑی چیز دا تواڈے واسطے سوال کراں گا، الا اعطانی، مگر اللہ مینوں دے گا، جڑا بھی سوال کراں گا مینوں اللہ دے گا، تو ہاڈے واسطے جو منگاں گا ملے گا۔ صحابہ نے گل سنی تے آپس اندر سر جوڑ لے، ادھر مشورہ، ادھر کہندے نے او لا دیو بندیو، او موقع نو غنیمت جانو، موقع نو غنیمت جانو، او دنیا تے ایتھے ہی رہ جانی ہے، نہراں جنت دیاں نہراں ہی منگ لئیے، او بخشش معافی اللہ کولو معافی مانگ دیو سونے، او اے چیز چاہیے دیئے۔ صحابہ نے آپس اندر پروگرام بنایا، بس یار دنیا دی گل کردے ہی نہیں، سوال کردے ہی نہیں، اسی اللہ دے نبی نو آکھنے آ سونے آ ساڑے واسطے رب کولو معافی مانگ دیو، اللہ سانو بخش دے وے، سبحان اللہ، اے جے آخرت انہاں لوگاں دی بندی ہے، اللہ سانو بخش دے وے۔ کہندے نے یا رسول اللہ بس مغفرت دی دعا فرما دیو، میرے پیارے نبی صلی اللہ علیہ وسلم نے فرمایا اللہم اغفر للانصار ولی ابناء الانصار ولی ابن ولی الابناء والی ابنائی ابنائی الانصار، اللہ انصاریاں نو بخش دے، اللہ سونے انصاریاں دیاں اولاداں نو بھی بخش دے، انصاریاں دیاں اولاداں دیاں اولاداں نو بھی بخش دے۔ سونے محبوب کتنی پیاری میرے نبی نے دعا فرمائیے، تے بس پھر انج مسلم شریف دی آخری حدیث سماعت فرما لو، میرا جناب خطاب اختتام تے آ گیا، میرے تیرے پیارے نبی حضرت محمد صلی اللہ علیہ وسلم، میرے تیرے پیارے محبوب پیغمبر دے صحابی حضرت ربیعہ بن کعب الاسلمی، حضرت ربیعہ بن کعب بن مالک اسلمی، سمجھا جی ذرا، ہاں جی جناب میرے پیارے نبی دا صحابی حضرت ربیعہ بن کعب بن مالک اسلمی رضی اللہ تعالی، میرے نبی دے کول کول نیڑے نیڑے رات گزاریا کردے سن، اللہ دے پیارے نبی دے گھر دے نال ہی اصحاب صفا دا او چبوترا جا سی انج بنیا ہویا تھڑا جا، اوتھے اصحاب صفا قرآن دی تعلیم سکھتے سن، حدیث پڑھتے سن، حدیث سنتے سن، یاد کرتے سن، سکھ رہے سن، آ طالب علم سن، مدینہ یونیورسٹی دے مسجد نبوی دے طالب علم سٹوڈنٹ سن، اللہ حق۔ تے انہاں وچ حضرت ربیعہ کہندے نے میں پیارے نبی دے دروازے دے نیڑے نیڑے رات گزاردا، محبت ہی انی کہ پیارے نبی اٹھاں تے میں اللہ دے نبی دے کول جلدی نال پانی دی لوڑ ہوے پانی لے کے آ جاواں، لوٹے دی لوڑ ہوے لوٹا دیواں، مسلے دی لوڑ ہوے مسلہ دیواں۔ سونے نبی دا خادم بن کے رہنا میں پسند کردا ساں، اللہ دے نبی دے قریب قریب رہندا، دور نہیں سوندا ساں، ماتا دور مینو جاگ نہ آوے، تے سونا بھی کادا نہ جاگیاں چو نہ ستیاں چو، ایویں کدی ماڑی جی اکھ لگنی، شوق ہی نہ کدھرے میں گہری نیند سو جاواں تے آقا اٹھن تے میں رہ جاواں، ہور کوئی نمبر نہ لے جاوے، سونے دا خادم جو میں ہویا، ربیعہ کہندے نے محبوب دا خادم تے نوکر جو میں ہاں، تے میں نوکری کرنی ہے اس نوکری نو فخر، اور میرے نبی دا نوکر بننا بڑا اعزاز ہے،
ਸਹਾਬਾ ਮੇਰੇ ਨਬੀ ਦੇ ਨੌਕਰ ਅੱਲਾ ਦੇ ਫਜ਼ਲ ਨਾਲ ਇਹ 15ਵੀਂ ਸਦੀ ਵੀ ਅੱਧ ਚ ਪਹੁੰਚ ਗਈ ਅਸੀਂ ਸਹਾਬਾ ਦੇ ਨੌਕਰਾਂ ਦੇ ਨੌਕਰਾਂ ਦੇ ਨੌਕਰਾਂ ਦੇ ਵੀ ਨੌਕਰ ਅੱਲਾ ਦੇ ਫਜ਼ਲ ਨਾਲ ਅੱਲਾ ਦੀ ਮਿਹਰਬਾਨੀ ਨਾਲ ਇਜ਼ਾਜ਼ ਸਮਝਨੇ ਆ ਮੇਰੇ ਨਬੀ ਦੇ ਨੌਕਰਾਂ ਦਾ ਨੌਕਰ ਲੱਗਣਾ ਇਹ ਸਾਡੇ ਵਾਸਤੇ ਬਹੁਤ ਬੜਾ ਬਹੁਤ ਬੜੀ ਸ਼ਾਨ ਹੈ ਬਹੁਤ ਬੜੀ ਅਜ਼ਮਤ ਹੈ ਜੀ ਜੀ ਇਹ ਜੇ ਪ੍ਰੋਟੋਕੋਲ ਅਸਲ ਸਿਆਬੀ ਕੀ ਕਹਿੰਦਾ ਹੈ हजरत रबिया रबिया तो याद रहेगा ना रबिया हजरत रबिया रजी अल्लाह तआला रजी अल्लाह तआला हां जी जो कहंदे ने एक वारी अल्लाह दे प्यारे नबी मामूल दे मुताबिक हजरत अपने दरवाजे दे जे अंदर ही ने मैं आका दे पैरां दी आट सुन लई रबिया तू सुता कादा होया तू तो मेरे महबूब दे इंतजार अंदर सारी सारी रात अखा च गुजारना है सारी सारी रात सौंदा नहीं ये अख मीटी भी जावे ते दिल दिया तांगा ते तारा उधर ही जुड़िया हर वेले दिल दे ख्याल कहंदे ने अल्लाह दे नबी दे पैरां दी एवें सरसराहट जी आप दे कदमैन मुबारक दी माड़ी जी आवाज आई ते मैं उसे वेले उठ के बह गया प्यारे नबी दरवाजे तो बाहर आए घर दे दरवाजे तो बाहर आए मैं जल्दी नाल पानी दा भरिया होया लोटा लेके मेरे नबी दे सामने आ गया इधर मुसल्ला संभालिया होया उधर लोटा है पानी लिया के दिता अल्लाह दे नबी ने पानी इस्तेमाल फरमाया फिर मैं जल्दी नाल लोटा लेके खड़ा हो गया अल्लाह दे नबी दा वजू करवाया वजू कर रहे ने मैं पानी पा रहा अल्लाह दे नबी वजू फरमा रहे ने मेरे प्यारे नबी सल्लल्लाहु अलैहि वसल्लम ने फरमाया फरमाया रबिया मांग जो कुछ मंगनाई एदी वजाहत भी उवें ही है जिवें पहली दी जिम्मेदार मांगो सोनिया मांग तू मांग मैं तेनू देवा हजरत रबिया फौरी तौर ते दुनिया बनने ते उन्हां दी नजर ही नहीं जांदी है ने आखरत दे मुतलाशी फौरी कहंदे ने असअलुका मुराफकत फिल जन्ना असअलुका मुराफकत का फिल जन्ना अल्लाह दे नबी जी जन्नत अंदर अपना साथ मंग दियो अल्लाह तुहाडा साथ मैनू जन्नत च नसीब फरमा देवे मेरे नबी सल्लल्लाहु अलैहि वसल्लम ने फरमाया औ गैर ज़ालिक इहदे तो अलावा होर भी कुछ चाहिए ओ यार सुनो ते सही हदीस अज सुनो ते सही आका ने फरमाया इहदे तो अलावा होर भी कुछ चाहिए अल्लाह अकबर सही मुस्लिम शरीफ दी हदीस जे आपने फरमाया सुनिया होर भी 1094 नंबर दीजिए 1094 नंबर जाके पढ़ना दिलो तफा जाएगा दी शरा भी पढ़िया जे उर्दू सारिया लिखिया हुई तो मिल जाएगी इधर वेखो मेरे नबी सल्लल्लाहु अलैहि वसल्लम सहाबी की कहंदा है आपने की फरमाया सोने रबिया आप खुश हो गए ना खुश हो गया क्या मेरे खादिमा ओ मेरे खादिम रबिया हुण अज मंग जो कुछ मंगनाई सवाल कर मंग हजरत रबिया उस वेले कहंदे ने अस आलू का सोनिया मैं सवाल करना तुहाडे तो अस आलू का मुराफकत फिल जन्ना हां जी तुहाडे जन्नत अंदर तुहाडा मैनू साथ मिल जाए मेरे नबी ने फरमाया हां जी क्या औ गैर ज़ालिक एदे तो अलावा होर भी कुछ मंगना चाहना है हजरत रबिया कहंदे ने कुल तू हुआ ज़ा सोने बस कुल तू वज़ाक मैं आख्या सोने ओही गल और नहीं कोई चाहिए अल्लाह आपने बड़ा होर मंग जो कुछ मंगना है कहंदे ने सोनिया बस ओही गल होर कोई मैं मंगना चाहता ही नहीं सोनिया तुसी आख्या है ते मैं मंग ली है रफाकत सोने महबूब दी जन्नत अंदर सोनिया जन्नत विच साथ मंग लिया है और मैं की करना है किसे चीज नु मेरे नबी पुछदे रहे ते हजरत दे सहाबी आखदे रहे फकुल तू वज़ाक कुल तू वज़ाक अल्लाह दे नबी बस बस सोनिया ओही मैनू चाहीदी है तुहाडा साथ जन्नत दे चाहीदा है अल्लाह दे नबी ने फरमाया फ अइनी अला
نفسک بکثرت سجود. سونے آ میری مدد کر بہتے سجدے کر کے. کی مطلب؟ میری دعا جلدی قبول ہو جائے گی. میری دعا دی قبولیت واسطے میرے نال مدد کر. مدد کیویں کر؟ سجدے تو بہتے کریں گا میری تیرے حق چ. جنت اندر سنگ ساتھ دی ہے جڑی دعا ہے اے جلدی قبول ہوئی. اے نہیں کیا بس دے جا اے مہینے بعد. ہاں جی سوا پانچ روپیے ہوں سوا سو ہو گیا پھر سوا ہزار ہو گیا. اچھا سوا والا کام لے دے سوا سوا والا کام یہ ضرور رکھنا ہے. بس دے جا جا تیرے واسطے جنت بکی ہے جا میں تینوں نال پھڑ کے جنت وچ لے جاواں گا. اے نہیں جویں اج کہندے نے اج کل نہ سونے آکھیا پیارے او پیارے بڑا بڑا میچ پایا ہی بڑا بڑا سوال کر لیا ہے بڑی بڑی چیز مانگ لیے تے ہن اس چیز واسطے میں بھی اللہ کولو دعا کراں گا تے سونے فعینی علی نفسی کا بکثرت سجود. سونے بہتے سجدے کر کے میری مدد کر. کی مطلب؟ میری دعا جلدی قبول ہوئے گی تو سجدے بہتے کریں گا نفل بہتے پڑے گا. اے جے دنیا دی حقیقت انہاں لوگاں دے نزدیک آخرت دا روشن ہو چکی سی آخرت دا پتہ چل چکیا سی ساڈا آخرت دے دن تے یقین ہی یقین ہی ٹل ہے جنت دے بارے اندر یقین ہی ادھورا ہے. جے دی وجہ کر کے اسی لوگ بہت پیچھے ہاں دنیا دے پیچھے پئے ہوئے ہاں تے جناب لیکن انہاں لوگاں نے آخرت آخرت رب کولو لے کے بس یہ سودا کر لیا کہ آخرت بنانی ہے. سبحانک اللہ ہم و بحمدک اشہد ان لا الہ الا انت استغفرک و اتوب الیک.